मैं अपने पहला खोज कार्ज बारे जो मैं एमफिल च किया थोड़ा मैं उहदे बारे दसना चाहूँगी क्योंकि मेरा जिहड़ा इह पेपर है उहदी ही कंटिन्यूटी दे विच है। मैं एक पिंड की स्टडी की एमफिल दे विच तां उत्थे असी लोक धर्म दीआं जिहड़ीआं क्रियावां ने जिहनूं आम लोक धर्म नूं अपने जीवन विच किवें लैंदे ने उहदी स्टडी की सीगी। उहदे विच रस्म रिवाज मेले त्यौहारां असी सारा चीज़ लई सी ते खेतरी खोज कार्ज उहदे विच मैं कीता सीगा ते फैमिली नूं एक यूनिट बना के सेंसिस डाटा मैं लिया सी ते उहदे जिहड़ीआं धारनावां सी ओह कुछ सिट्टे निकल के आए सीगे कि जिहड़े लोक ने लोक धर्म दीआं क्रियावां ने उहनां दा लोकां दे जीवन विच अहम रोल है ते उहनां नूं उहनां ने जिवें नॉर्मली ओह कहिंदे ने डॉक्टर नार सर नाल इक कुड़ी शायद जतिंदर कौर सी उहने काम कीता सी तां उहने दित्ता सीगा कि पिंड दे लोक इह कहिंदे ने वी साडा इक देवी जां देवते नाल नहीं सरदा ते सानू अपने हर काम लई कोई ना कोई देवी देवता है जिहड़ा ओह सानू लगदा वी इह साडी हैल्प करूगा ते उहदे विच इह चीज़ां निकल के आईआं कि नॉर्मली जो कहा जांदा है कि जिहड़े पंजाब दे लोक है जां पंजाब दी लोक मानसिकता है ओह जिहड़ी उहनां दी धार्मिकता ओह सहनशील नहीं रही उहदे विच कट्टड़पुणा आ गया है पर जमीनी हकीकतां ने जिहड़ियां ओह इस नूं होर तरहां बयान करदियां ने ਉਹ ਇਸ ਦੇ ਵਿੱਚ ਇਹਨਾਂ ਚੀਜ਼ਾਂ ਦੀ ਪੁਸ਼ਟੀ ਨਹੀਂ ਕਰਦੀਆਂ ਹੈਗੀਆਂ ਅਤੇ ਮੈਂ ਇਸੇ ਉਹਦੇ ਵਿੱਚ ਆਪਣਾ ਕੰਮ ਦਾ ਜਿਹੜਾ ਮੇਰਾ ਪੇਪਰ ਹੈ ਉਹ ਵੀ ਮੈਂ ਇਹਨਾਂ ਵਿੱਚ ਅੰਗਰੇਜ਼ੀ ਦੇ ਉਹਨਾਂ ਖੋਜ ਕਾਰਜਾਂ ਨੂੰ ਸ਼ਾਮਿਲ ਕੀਤਾ ਜਿਹੜੇ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਹਾਲਾਂਕਿ ਇਹ ਗੱਲ ਬਹੁਤ ਦੇਰ ਤੋਂ ਪ੍ਰਚਲਿਤ ਰਹੀ ਹੈ ਪਰ ਇਹ ਕਿਉਂਕਿ ਲੋਕ ਜੋ ਨੇ ਇਸ ਗੱਲ ਦੀ ਤਰਜਮਾਨੀ ਨਹੀਂ ਕਰਦੇ ਕਿ ਉਹਨਾਂ ਦੀਆਂ ਧਾਰਮਿਕ ਕਿਰਿਆਵਾਂ ਕੱਟੜ ਨੇ ਉਹ ਆਪਣੇ ਧਰਮ ਤੋਂ ਬਾਹਰ ਜਾ ਕੇ ਦੂਜੇ ਧਰਮਾਂ ਦੀਆਂ ਕਿਰਿਆਵਾਂ 'ਚ ਵੀ ਸ਼ਾਮਿਲ ਹੁੰਦੇ ਨੇ ਅਤੇ ਲੋਕ ਧਰਮ ਦੀਆਂ ਕਿਰਿਆਵਾਂ ਨੂੰ ਵੀ ਆਪਣੇ ਜੀਵਨ ਦਾ ਹਿੱਸਾ ਬਣਾਉਂਦੇ ਨੇ। ਮੈਂ ਇਹਨੂੰ ਸ਼ੁਰੂ ਦੇ ਵਿੱਚ ਕਿਉਂਕਿ ਵਿਲੀਅਮ ਕਰੁਕ ਦਾ ਕੰਮ ਬਹੁਤ ਇਸ ਦੇ ਵਿੱਚ ਵੈਲਿਊਬਲ ਹੈ ਉਹਨਾਂ ਦਾ ਕੰਮ ਸੀਗਾ ਐਨ ਇੰਟਰੋਡਕਸ਼ਨ ਟੂ ਦੀ ਪੋਪੂਲਰ ਰਿਲੀਜਨ ਐਂਡ ਫੋਕਲੋਰ ਆਫ ਨੌਰਥਨ ਇੰਡੀਆ। ਪਹਿਲੀ ਵਾਰ ਇਹ 1894 ਵਿੱਚ ਪ੍ਰਕਾਸ਼ਿਤ ਹੁੰਦੀ ਹੈ ਕਿਤਾਬ ਅਤੇ ਪੰਜਾਬੀ ਲੋਕ ਧਰਮ ਦੇ ਮੁੱਢਲੇ ਕੰਮਾਂ 'ਚੋਂ ਇੱਕ ਹੈ। ਇਸ ਵਿੱਚ ਉੱਤਰੀ ਭਾਰਤ ਦੇ ਲੋਕ ਧਰਮ ਅਤੇ ਲੋਕਧਾਰਾ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਹੈ। ਕਰੁੱਕ ਨੇ ਆਪਣੇ ਕੰਮ ਦੀ ਇਕੱਤਰਤਾ ਵਿੱਚ ਆਪਣੇ ਅਧਿਕਾਰੀਆਂ ਦੀ ਸਹਾਇਤਾ ਲਈ ਜਿਹੜੇ ਕਿ ਪੇਂਡੂ ਖੇਤਰਾਂ ਵਿੱਚ ਕੰਮ ਕਰਦੇ ਸੀ। ਇਸ ਪੁਸਤਕ ਦੀ ਭੂਮਿਕਾ ਵਿੱਚ ਕਰੁੱਕ ਲਿਖਦਾ ਹੈ ਕਿ ਜਿੰਨਾ ਜ਼ਿਆਦਾ ਇਹਨਾਂ ਵਿਸ਼ਵਾਸਾਂ ਨੂੰ ਜਾਣਿਆ ਜਾਵੇਗਾ ਉਨਾ ਹੀ ਜ਼ਿਆਦਾ ਉਹ ਹਿੰਦੂ ਧਰਮ ਦੇ ਪੈਦਾ ਹੋਣ ਦੇ ਕਾਰਨ ਤਲਾਸ਼ਣ ਦੇ ਨੇੜੇ ਪਹੁੰਚ ਸਕਦੇ ਹੋਣਗੇ। ਇਹਨਾਂ ਦੇ ਵਿੱਚ ਅੱਗੇ ਉਹ ਵਿਸਤ੍ਰਿਤ ਜਾਣਕਾਰੀ ਦਿੰਦੇ ਨੇ ਕਿ ਜੋ ਪ੍ਰਮੁੱਖ ਦੇਵਤੇ ਨੇ ਪੰਜਾਬ ਦੇ ਜਿਵੇਂ ਖਵਾਜ਼ਾ ਖਿਜ਼ਰ ਹੈ, ਲੋਕਧਾਰਾ ਦੇ ਵਿੱਚ ਖੂਹ ਹੈ, ਪਵਿੱਤਰ ਖੂਹ ਹੈ, ਝਰਨੇ ਹੈ, ਪਵਿੱਤਰ ਤਲਾਬ, ਪਹਾੜੀਆਂ, ਇਹਨਾਂ ਦੇ ਵਿੱਚ ਉਹ ਉਹਨਾਂ ਦੀ ਵਿਸਤ੍ਰਿਤ ਜਾਣਕਾਰੀ ਮੁਹੱਈਆ ਕਰਵਾਉਂਦੇ ਨੇ ਅਤੇ ਇੱਕ ਇਬਰਿਸਟਨ ਹੈ ਜਿਹੜੇ ਉਹਨਾਂ ਦੇ ਹਵਾਲੇ ਨਾਲ ਉਹ ਦੱਸਦੇ ਨੇ ਕਿ ਜਿਹੜੀਆਂ ਲੋਕ ਦੇਵੀ ਦੇਵਤਿਆਂ ਸੀਗੇ ਉਹਨਾਂ ਦਾ ਜਿਹੜਾ ਭੋਜ ਸੀ ਜਾਂ ਪ੍ਰਸ਼ਾਦ ਸੀ ਉਹ ਬ੍ਰਾਹਮਣਾਂ ਨੂੰ ਦਿੱਤਾ ਜਾਂਦਾ ਸੀ। ਬ੍ਰਾਹਮਣ ਉਸ ਗੱਲ ਨੂੰ ਗ੍ਰਹਿਣ ਕਰਦੇ ਸੀ ਤਾਂ ਇਸ ਤੋਂ ਬਾਅਦ ਉਹਨਾਂ ਦੀ ਪੂਜਾ ਹੈ ਜਿਹੜੀ ਉਹ ਕੰਪਲੀਟ ਮੰਨੀ ਜਾਂਦੀ ਸੀ। ਪਰ ਉਹ ਇਬਰਿਸਟਨ ਇਸ ਗੱਲ ਦੇ ਵਿੱਚ ਲਿਖਦਾ ਹੈ ਕਿ ਦੇਵੀ ਦੇਵਤਿਆਂ ਦੇ ਨਿਮਿੱਤ ਬ੍ਰਾਹਮਣਾਂ ਨੂੰ ਭੋਜਨ ਕਰਵਾਉਣ ਦਾ ਵਿਧਾਨ ਹੈ ਪਰ ਬ੍ਰਾਹਮਣ ਹਮੇਸ਼ਾ ਖੁਦ ਆ ਕੇ ਭੋਜਨ ਗ੍ਰਹਿਣ ਨਹੀਂ ਕਰਦੇ। ਬ੍ਰਾਹਮਣ ਕਿਸੇ ਦੇਵੀ ਦੇਵਤਾ ਦੇ ਸਥਾਨ 'ਤੇ ਤਿਆਰ ਹੋਈਆਂ ਭੇਟਾਵਾਂ ਨੂੰ ਸਵੀਕਾਰ ਨਹੀਂ ਕਰਦੇ ਅਤੇ ਨਾ ਹੀ ਉਹ ਆਪਣੇ ਪੁੱਤਰਾਂ ਨੂੰ ਇਹਨਾਂ ਭੇਟਾਵਾਂ ਨੂੰ ਗ੍ਰਹਿਣ ਕਰਨ ਦੀ ਆਗਿਆ ਦਿੰਦੇ ਹਨ, ਪਰੰਤੂ ਉਹਨਾਂ ਦੀਆਂ ਕੰਨਿਆਵਾਂ ਇਹ ਭੇਟਾਵਾਂ ਗ੍ਰਹਿਣ ਕਰ ਸਕਦੀਆਂ ਹਨ। ਅਗਰ ਇਹਨਾਂ ਨੂੰ ਗ੍ਰਹਿਣ ਕਰਨ ਨਾਲ ਉਹਨਾਂ ਦੀ ਮੌਤ ਵੀ ਹੋ ਜਾਂਦੀ ਹੈ ਤਾਂ ਇਹ ਵੱਡੀ ਗੱਲ ਨਹੀਂ ਹੈ। ਅਤੇ ਮੈਨੂੰ ਇਹ ਗੱਲ ਲੱਗੀ ਕਿ ਜਿਹੜੀ ਹੁਣ ਭਾਵੇਂ ਕੰਜਕਾਂ ਦੀ ਜਿਹੜੀ ਇੱਕ ਅਸੀਂ ਸੋਚਦੇ ਹਾਂ ਵੀ ਕੰਜਕਾਂ ਦੀ ਪੂਜਾ ਹੁੰਦੀ ਹੈ ਜਾਂ ਬਹੁਤ ਸਾਰੇ ਯੱਗ ਨੇ ਜਿਨ੍ਹਾਂ ਦੇ ਵਿੱਚ ਪ੍ਰਾਇਓਰਿਟੀ 'ਤੇ ਕੁੜੀਆਂ ਨੂੰ ਖਾਣਾ ਖਵਾਇਆ ਜਾਂਦਾ, ਉਹਦੇ ਪਿੱਛੇ ਮੈਨੂੰ ਇਹ ਲੱਗਦਾ ਕਿ ਉਹ ਇੱਕ ਭੋਜਨ ਨੂੰ ਟੈਸਟ ਕਰਨ ਲਈ ਕੁੜੀਆਂ ਨੂੰ ਖਾਣਾ ਖਵਾਇਆ ਜਾਂਦਾ ਕਿਉਂਕਿ ਕੁੜੀਆਂ ਦਾ ਜੋ ਸਾਡੇ ਸਮਾਜ ਦੇ ਵਿੱਚ ਇੱਕ ਸਥਾਨ ਰਿਹਾ ਉਹ ਨਹੀਂ ਸੀ। ਕੰਜਕਾਂ ਦੀ ਪੂਜਾ ਜੋ ਲੋਕ ਕਰਦੇ ਨੇ ਉਹਨਾਂ ਦੇ ਵਿੱਚ ਇਸ ਕਿਸਮ ਦੀ ਕੋਈ ਧਾਰਮਿਕ ਭਾਵਨਾ ਨਹੀਂ ਹੁੰਦੀ, ਉਹ ਫੁੱਲੀ ਤੌਰ 'ਤੇ ਉਨੇ ਹੀ ਧਾਰਮਿਕ ਦੇ ਨਾਲ ਕੰਮ ਕਰਦੇ ਨੇ। ਵਿਲੀਅਮ ਕਰੁੱਕ ਨੇ ਮਨ ਭਾਵਨਾ ਵਾਲੀਆਂ ਰੂਹਾਂ ਭੂਤਾਂ ਉਹਨਾਂ ਦੀਆਂ ਕਿਸਮਾਂ ਬਾਰੇ ਵਿਸਥਾਰ ਰੂਪ ਵਿੱਚ ਜਾਣਕਾਰੀ ਦਿੰਦਿਆਂ ਬੁਰੀ ਨਜ਼ਰ ਦੇ ਇਲਾਜ ਢੰਗਾਂ ਬਾਰੇ ਲਿਖਿਆ ਹੈ। ਕਰੁੱਕ ਭੂਤਾਂ ਦੇ ਭੋਜਨ ਬਾਰੇ ਵੀ ਜਾਣਕਾਰੀ ਦਿੰਦਾ ਹੈ। ਉਸ ਅਨੁਸਾਰ ਵੈਸੇ ਤਾਂ ਭੂਤਾਂ ਨੂੰ ਮੈਲਾ ਅਸ਼ੁੱਧ ਭੋਜਨ ਪਸੰਦ ਹੈ ਪਰ ਉਹ ਦੁੱਧ ਦੇ ਬਹੁਤ ਸ਼ੌਕੀਨ ਹੁੰਦੇ ਹਨ, ਇਸ ਲਈ ਪੰਜਾਬੀ ਮਾਵਾਂ ਆਪਣੇ ਬੱਚਿਆਂ ਨੂੰ ਦੁੱਧ ਪੀਣ ਤੋਂ ਇੱਕਦਮ ਬਾਅਦ ਘਰ ਤੋਂ ਬਾਹਰ ਜਾਣ ਦੀ ਆਗਿਆ ਨਹੀਂ ਦਿੰਦੀ। ਅਗਰ ਬੱਚਾ ਜ਼ਿਆਦਾ ਜ਼ਿੱਦ ਕਰੇ ਤਾਂ ਮਾਂ ਉਸਦੇ ਮੂੰਹ ਵਿੱਚ ਲੂਣ ਜਾਂ ਥੋੜ੍ਹੀ ਸਵਾਹ ਰੱਖ ਦਿੰਦੀ ਹੈ ਤਾਂ ਕਿ ਭੂਤ ਤੋਂ ਬਚਾਅ ਹੋ ਸਕੇ। ਕੁੱਲ ਮਿਲਾ ਕੇ ਲੋਕ ਧਰਮ ਦੇ ਮੁੱਢਲੇ ਰੂਪ ਨੂੰ ਸਮਝਣ ਲਈ ਇੱਕ ਮਹੱਤਵਪੂਰਨ ਕੰਮ ਹੈ। ਇਸ ਤੋਂ ਬਾਅਦ ਦਾ ਖੋਜ ਪ੍ਰਬੰਧ ਸੁਰਜੀਤ ਲੀ ਦਾ ਹੈ। ਉਹਨਾਂ ਨੇ ਸੈਮੀਲੋਜੀਕਲ ਪੈਟਰਨਸ ਇਨ ਦੀ ਮਿਥ ਐਂਡ ਰਿਚੁਅਲ ਆਫ ਸਾਂਝੀ ਵਿਸ਼ੇ ਉੱਤੇ ਡਾਕਟਰ ਹਰਜੀਤ ਗਿੱਲ ਦੀ ਨਿਗਰਾਨੀ ਹੇਠ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਆਪਣਾ ਖੋਜ ਕਾਰਜ ਮੁਕੰਮਲ ਕੀਤਾ। ਉਹਨਾਂ ਨੇ ਬਸੰਤੀ ਦੇਵੀ ਨੂੰ
ਸ਼ੀਤਲਾ ਦਾ ਹੀ ਇੱਕ ਰੂਪ ਬਿਆਨਿਆ ਹੈ, ਜਦੋਂ ਕਿ ਇਹ ਗੱਲ ਦਰੁਸਤ ਨਹੀਂ ਲੱਗਦੀ ਮੈਨੂੰ ਖੇਤਰੀ ਖੋਜ ਕਾਰਜ ਦੇ ਦੌਰਾਨ ਇਹ ਗੱਲ ਨਹੀਂ ਲੱਗੀ। ਬਸੰਤੀ ਦੇਵੀ ਲੋਕ ਜੀਵਨ ਵਿੱਚ ਇੱਕ ਵੱਖਰੀ ਦੇਵੀ ਵਜੋਂ ਮਾਨਤਾ ਰੱਖਦੀ ਹੈ ਅਤੇ ਉਸਦੇ ਪੂਜਾ ਸਥਾਨ ਵੀ ਵੱਖਰੇ ਰੂਪ ਵਿੱਚ ਮੌਜੂਦ ਹਨ। ਲੋਕ ਦੇਵੀਆਂ ਅਤੇ ਸ਼ਵੇਤਾਂਬਰੀ ਦੇਵੀਆਂ ਨੂੰ ਵਖਰਾਉਂਦਿਆਂ ਉਹਨਾਂ ਦਾ ਕਹਿਣਾ ਹੈ ਕਿ ਸਾਰੀਆਂ ਲੋਕ ਦੇਵੀਆਂ ਦਾ ਸੰਬੰਧ ਉਪਜਾਇਕਤਾ ਨਾਲ ਜੁੜਿਆ ਹੈ, ਜਿਸ ਕਾਰਨ ਉਹਨਾਂ ਦੇ ਪ੍ਰਸ਼ਾਦ ਦੇ ਵਿੱਚ ਅਨਾਜ ਜਾਂ ਉਸ ਤੋਂ ਬਣੀਆਂ ਵਸਤਾਂ ਸ਼ਾਮਿਲ ਹੁੰਦੀਆਂ ਹਨ, ਕਿਉਂਕਿ ਇਹਨਾਂ ਵਸਤਾਂ ਦਾ ਸੰਬੰਧ ਜੀਵਨ ਨਾਲ ਹੈ, ਜਦਕਿ ਸ਼ਵੇਤਾਂਬਰੀ ਦੇਵੀਆਂ ਨੂੰ ਫੁੱਲਾਂ ਅਤੇ ਪਤਾਸਿਆਂ ਦਾ ਭੋਗ ਲਾਇਆ ਜਾਂਦਾ ਹੈ। ਹੁਣ ਇਹ ਗੱਲ ਇਹ ਹੈ ਕਿ ਸਾਡੇ ਸਮਾਜ ਦੇ ਵਿੱਚ ਜਿਹੜਾ ਮਾਂ ਦਾ ਇੱਕ ਸਰੂਪ ਹੈ, ਵੀ ਅਸੀਂ ਮਾਂ ਕਿਸ ਨੂੰ ਮੰਨਦੇ ਹਾਂ। ਕੰਜਕਾਂ ਦੀ ਪੂਜਾ ਇਸ ਲਈ ਕੁਆਰੀਆਂ ਕੁੜੀਆਂ ਦੀ ਪੂਜਾ ਕੀਤੀ ਜਾਂਦੀ ਹੈ 14-15 ਸਾਲ ਤੱਕ, ਉਸ ਤੋਂ ਬਾਅਦ ਉਹ ਉਹਨਾਂ ਕੁੜੀਆਂ ਦੀ ਪੂਜਾ ਨਹੀਂ ਹੁੰਦੀ। ਸਿਰਫ 12-13 ਜਾਂ 14 ਸਾਲ ਤੱਕ, ਜਦੋਂ ਉਹਨਾਂ ਦਾ ਮੈਂਸਟ੍ਰੇਸ਼ਨ ਪੀਰੀਅਡ ਨਹੀਂ ਸ਼ੁਰੂ ਹੁੰਦਾ, ਉਦੋਂ ਤੱਕ ਉਹ ਕੰਜਕਾਂ ਰਹਿੰਦੀਆਂ ਨੇ। ਅਤੇ ਜਦੋਂ ਅਸੀਂ ਦੇਵੀਆਂ ਨੂੰ, ਜਿਹੜੀਆਂ ਕਿ ਉਹਨਾਂ ਨੇ ਸ਼ਵੇਤਾਂਬਰੀ ਦੇਵੀਆਂ ਕਿਹਾ, ਉਹਨਾਂ ਉਹ ਵੀ ਉਸੇ ਕੈਟਾਗਰੀ 'ਚ ਰੱਖਦੇ ਨੇ, ਕਿਉਂਕਿ ਉਹ ਦੇਵੀ ਮਾਂ ਹੈ ਅਤੇ ਉਹ ਪਵਿੱਤਰ ਹੈ ਅਤੇ ਉਹ ਸ਼ੁੱਧ ਹੈ। ਅਤੇ ਸਾਡੀ ਮਾਨਸਿਕਤਾ, ਜਿਹੜੀ ਪੰਜਾਬੀ ਮਾਨਸਿਕਤਾ, ਸਾਨੂੰ ਉਹਦੇ ਵਿੱਚ ਇਹ ਵੀ ਦੇਖਣਾ ਪਊਗਾ ਕਿ ਅਸੀਂ ਮਾਂ ਦੇ ਸਰੂਪ ਨੂੰ ਕਿਵੇਂ ਲੈ ਰਹੇ ਹਾਂ। ਅਗਲਾ ਕੰਮ ਰਣਜੀਤ ਸਿੰਘ ਬਾਜਵਾ ਦਾ ਹੈ, ਜੋ ਕਿ ਬੱਚੇ ਦੇ ਜਨਮ ਨਾਲ ਸੰਬੰਧਿਤ ਰੀਤਾਂ ਰਿਵਾਜਾਂ ਬਾਰੇ ਹੈ। ਦੀ ਸਮਿਓਟਿਕਸ ਆਫ ਦੀ ਸੈਰਮਨੀਜ਼ ਅਰਾਊਂਡ ਬਰਥ ਇਨ ਦੀ ਪੰਜਾਬ। ਲੇਖਕ ਭੂਮਿਕਾ ਵਿੱਚ ਲਿਖਦਾ ਹੈ ਕਿ ਸਾਰੇ ਪੰਜਾਬ ਵਿੱਚ ਸਿਧਾਂਤਕ ਤੌਰ 'ਤੇ ਜਨਮ ਦੀਆਂ ਰਸਮਾਂ ਵਿੱਚ ਕੋਈ ਖਾਸ ਫਰਕ ਨਹੀਂ ਹੈ, ਪਰੰਤੂ ਸਮਾਜਿਕ ਬਣਤਨ ਕਾਰਨ ਕੁਝ ਫਰਕ ਹੋ ਸਕਦਾ ਹੈ। ਲੇਖਕ ਨੇ ਕਿਸੇ ਖਾਸ ਜਾਤ ਜਾਂ ਧਰਮ ਦੀਆਂ ਰਸਮਾਂ ਦੇ ਅਧਿਐਨ ਦਾ ਜ਼ਿਕਰ ਨਹੀਂ ਕੀਤਾ, ਪਰ ਕੁਝ ਕੁ ਰਸਮਾਂ ਦੇ ਅਧਿਐਨ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਮਾਝੇ ਦੇ ਸਿੱਖ ਧਰਮ ਨਾਲ ਸੰਬੰਧਿਤ ਰਸਮਾਂ ਦਾ ਹੀ ਅਧਿਐਨ ਹੈ। ਪੰਜਾਬੀ ਲੋਕਧਾਰਾ ਅਧਿਐਨ ਵਿੱਚ ਇਹ ਪ੍ਰਵਿਰਤੀ ਲੰਮੇ ਸਮੇਂ ਤੋਂ ਹਾਵੀ ਰਹੀ ਹੈ ਕਿ ਇਸ ਵਿੱਚ ਪੇਂਡੂ ਸਿੱਖ ਕਿਸਾਨੀ ਦੀਆਂ ਲੋਕ ਸਿਰਜਣਾਵਾਂ ਅਤੇ ਕਿਰਿਆਵਾਂ ਅਤੇ ਗਿਆਨ ਨੂੰ ਹੀ ਪੰਜਾਬੀ ਲੋਕਧਾਰਾ ਦਾ ਸਮਾਨਾਰਥੀ ਮੰਨ ਲਿਆ ਜਾਂਦਾ ਹੈ। ਇਸ ਨਾਲ ਪੰਜਾਬੀ ਸਮਾਜ ਵਿੱਚ ਸ਼ਾਮਿਲ ਹੋਰ ਪਛਾਣਾਂ, ਜਾਤਾਂ, ਧਰਮਾਂ ਦੇ ਲੋਕ ਬੇਗਾਨੇ ਜਾਂ ਅਦਰ ਬਣ ਜਾਂਦੇ ਹਨ ਅਤੇ ਉਹਨਾਂ ਦੀਆਂ ਸਿਰਜਣਾਵਾਂ ਹਾਸ਼ੀਏ ਉੱਤੇ ਧੱਕ ਦਿੱਤੀਆਂ ਜਾਂਦੀਆਂ ਹਨ। ਇਸ ਖੋਜਕਾਰ ਦੀ ਮੁੱਖ ਸੀਮਾ ਵੀ ਇਹੀ ਰਹੀ ਹੈ। ਹਰਵਿੰਦਰ ਸਿੰਘ ਨੇ 1986 ਵਿੱਚ ਦੀ ਕਲਟ ਆਫ ਗੁੱਗਾ ਸੋਸ਼ੋਲੋਜੀਕਲ ਪ੍ਰੋਸਪੈਕਟ ਵਿਸ਼ੇ 'ਤੇ ਪ੍ਰੋਫੈਸਰ BL ਅਬੀ ਦੀ ਨਿਗਰਾਨੀ ਹੇਠ ਆਪਣਾ ਖੋਜਕਾਰ ਸੰਪੂਰਨ ਕੀਤਾ। ਉਹ ਲਿਖਦੇ ਨੇ ਕਿ ਸਾਲਾਨਾ ਪੂਜਾ ਲਈ ਸਾਰੀਆਂ ਦਰਗਾਹਾਂ 'ਤੇ ਹਰ ਧਰਮ ਅਤੇ ਜਾਤ ਦੇ ਲੋਕ ਨਤਮਸਤਕ ਹੋਣ ਆਉਂਦੇ ਨੇ। ਸਥਾਨਕ ਦੇਵੀ ਦੇਵਤਿਆਂ ਨੂੰ ਉਹਨਾਂ ਨੇ ਲਿੰਗ ਦੇ ਆਧਾਰ 'ਤੇ ਮਰਦ ਅਤੇ ਨਾਰੀ ਦੇਵਤਿਆਂ ਵਿੱਚ ਤਕਸੀਮ ਕੀਤਾ ਹੈ ਅਤੇ ਉਹਨਾਂ ਕਹਿੰਦੇ ਹਨ ਕਿ ਲੋਕ ਦੇਵਤਿਆਂ ਨੂੰ ਜਨਨ ਸ਼ਕਤੀ, ਉੱਨਤੀ ਅਤੇ ਸੁਰੱਖਿਆ ਲਈ ਪੂਜਿਆ ਜਾਂਦਾ ਹੈ, ਜਦਕਿ ਦੇਵੀਆਂ ਦੀ ਪੂਜਾ ਇਨਸਾਨਾਂ ਅਤੇ ਬੱਚਿਆਂ ਦੀ ਸੁਰੱਖਿਆ ਲਈ ਕੀਤੀ ਜਾਂਦੀ ਹੈ। ਹੁਣ ਤੱਕ ਦੇ ਖੇਤਰੀ ਖੋਜ ਅਨੁਭਵ ਤੋਂ ਬਣੀਆਂ ਧਾਰਨਾਵਾਂ ਅਨੁਸਾਰ ਇਸ ਤਰ੍ਹਾਂ ਦਾ ਵਿਭਾਜਨ ਕਰਨਾ ਦਰੁਸਤ ਨਹੀਂ ਲੱਗਦਾ, ਕਿਉਂਕਿ ਲੋਕ ਆਪਣੇ ਵਿਸ਼ਵਾਸ ਅਤੇ ਸ਼ਰਧਾ ਮੁਤਾਬਕ ਆਪਣੀ ਇੱਛਾ ਦੀ ਪੂਰਤੀ ਕਿਸੇ ਵੀ ਦੇਵੀ ਜਾਂ ਦੇਵਤੇ ਤੋਂ ਪੂਰੀ ਹੋਣ ਦੀ ਉਮੀਦ ਕਰ ਸਕਦੇ ਹਨ। ਵੱਖ ਵੱਖ ਖਿੱਤਿਆਂ ਮੁਤਾਬਕ ਇਹਨਾਂ ਵਿੱਚ ਵੱਖਰਤਾ ਦੇਖਣ ਨੂੰ ਮਿਲਦੀ ਹੈ। ਅੰਗਰੇਜ਼ੀ ਵਿੱਚ ਲੋਕ ਧਰਮ ਬਾਰੇ ਉਪਲਬਧ ਅਗਲਾ ਖੋਜ ਕਾਰਜ ਮੈਕਮੋਲਨ ਦਾ ਹੈ। ਉਸਦੀ ਖੋਜ ਦਾ ਵਿਸ਼ਾ ਅ ਸਰਵੇ ਆਫ ਦੀ ਰਿਲੀਜੀਅਸ ਬਿਲੀਵਸ ਐਂਡ ਪ੍ਰੈਕਟਿਸਿਸ ਆਫ ਦੀ ਸਿੱਖਸ ਇਨ ਦੀ ਰੂਰਲ ਪੰਜਾਬ ਸੀ। ਉਹਨਾਂ ਨੇ ਡਾਕਟਰ ਸੁਰਜੀਤ ਹਾਂਸ ਦੀ ਨਿਗਰਾਨੀ ਹੇਠ ਆਪਣਾ ਖੋਜ ਕਾਰਜ ਸੰਪੂਰਨ ਕੀਤਾ। ਇਸ ਖੋਜ ਕਾਰਜ ਵਿੱਚ ਮੈਕਮੋਲਨ ਨੇ 5 ਪਿੰਡਾਂ ਵਿੱਚ ਵਸਣ ਵਾਲੇ ਸਿੱਖ ਲੋਕਾਂ ਦੇ ਧਾਰਮਿਕ ਵਿਸ਼ਵਾਸਾਂ ਅਤੇ ਧਾਰਮਿਕ ਕਿਰਿਆਵਾਂ ਦਾ ਡਾਟਾ ਆਧਾਰਿਤ ਅਧਿਐਨ ਕੀਤਾ ਹੈ। ਇਹ ਇਸ ਲੜੀ ਵਿੱਚ ਹੋਇਆ ਇੱਕ ਮਹੱਤਵਪੂਰਨ ਕੰਮ ਹੈ। ਇਸ ਅਧਿਐਨ ਤੋਂ ਸਿੱਖ ਧਰਮ ਦੇ ਲੋਕਾਂ ਵਿੱਚ ਪ੍ਰਚਲਿਤ ਲੋਕ ਧਰਮ ਦੇ ਵਿਸ਼ਵਾਸ ਅਤੇ ਕਿਰਿਆਵਾਂ ਨਸ਼ਰ ਹੋਈਆਂ ਮਿਲਦੀਆਂ ਹਨ। ਇਸ ਕੰਮ ਦੀ ਪ੍ਰਕਾਸ਼ਨ ਮਿਤੀ 1999 ਹੈ, ਪਰ ਆਪਣੇ ਡਾਟੇ ਬਾਰੇ ਜਾਣਕਾਰੀ ਦਿੰਦਿਆਂ ਖੋਜਾਰਤੀ ਨੇ ਲਿਖਿਆ ਕਿ ਉਸਨੇ ਇਹ ਡਾਟਾ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਬਲਿਊ ਸਟਾਰ ਆਪਰੇਸ਼ਨ ਤੋਂ 2 ਸਾਲ ਬਾਅਦ ਇਕੱਤਰ ਕੀਤਾ। ਇਸ ਕੰਮ ਲਈ ਗੁਰਦਾਸਪੁਰ ਜ਼ਿਲ੍ਹੇ ਦੇ 6 ਪਿੰਡਾਂ ਵਿੱਚੋਂ 500 ਸਿੱਖਾਂ ਨੂੰ ਚੁਣਿਆ ਗਿਆ। ਇਸ ਅਧਿਐਨ ਵਿੱਚ ਸਿੱਖ ਧਰਮ ਦੇ ਲੋਕਾਂ ਦੀ ਗੁਰੂ ਦੇ ਸੰਕਲਪ ਅਤੇ ਗੁਰੂ ਗ੍ਰੰਥ ਸਾਹਿਬ ਅਤੇ ਪੀਰਾਂ ਦੀਆਂ ਮਜ਼ਾਰਾਂ ਅਤੇ ਮੜੀਆਂ ਪ੍ਰਤੀ ਨਜ਼ਰੀਏ ਨਾਲ ਸੰਬੰਧਿਤ ਹੈ। ਇਸ ਖੋਜਕਾਰ ਤੋਂ ਇਹ ਸਿੱਟਾ ਨਿਕਲਦਾ ਕਿ ਜੋ ਆਮ ਲੋਕ ਬਾਰੇ ਧਾਰਨਾਵਾਂ ਪ੍ਰਚਲਿਤ ਕਰ ਦਿੱਤੀਆਂ ਜਾਂਦੀਆਂ ਹਨ ਕਿ ਉਹ ਆਪਣੇ ਧਰਮ ਨੂੰ ਲੈ ਕੇ ਬਹੁਤ ਕੱਟੜ ਨੇ, ਦੂਜੇ ਧਰਮਾਂ ਦੀਆਂ ਧਾਰਮਿਕ ਕਿਰਿਆਵਾਂ ਨੂੰ ਬਹੁਤਾ ਸਹਿਣ ਨਹੀਂ ਕਰਦੇ, ਪਰ ਮੈਕਮੋਲਨ ਦੇ ਕੰਮ ਦੇ ਸਿੱਟੇ ਇਸ ਦੀ ਗਵਾਹੀ ਨਹੀਂ ਭਰਦੇ। ਮੈਕਮੋਲਨ ਅਨੁਸਾਰ ਲੋਕ ਆਪਣੇ ਖਾਸ ਧਰਮ ਵਿੱਚ ਕਦੇ ਵੀ 7% ਧਾਰਮਿਕ ਨਹੀਂ ਹੁੰਦੇ। ਕਈ ਅਜਿਹੇ ਲੋਕ ਧਾਰਮਿਕ ਸਥਾਨਾਂ ਜਿਨ੍ਹਾਂ ਵਿੱਚ ਦਰਗਾਹਾਂ, ਮਜ਼ਾਰਾਂ, ਸਥਾਨਕ ਦੇਵੀ ਦੇਵਤੇ ਸ਼ਾਮਿਲ ਹਨ, ਉਹਨਾਂ ਦਾ ਜ਼ਿਕਰ ਕਰਦਾ ਹੈ ਕਿ ਵਿਸ਼ਿਸ਼ਟ ਧਰਮ ਦੇ ਲੋਕਾਂ, ਖਾਸ ਤੌਰ 'ਤੇ ਸਿੱਖ ਧਰਮ ਦੇ ਅਨੁਯਾਈਆਂ ਵੱਲੋਂ ਉਹਨਾਂ ਨੂੰ ਇਹ ਪੂਜਿਆ ਜਾਂਦਾ ਹੈ। ਸਿੱਖ ਧਰਮ ਦੇ ਅਨੁਯਾਈ ਆਪਣੇ ਧਰਮ ਤੋਂ ਬਾਹਰ ਦੇ ਵਿਸ਼ਵਾਸਾਂ ਅਤੇ ਹੋਰਨਾਂ ਦੇਵੀ ਦੇਵਤਿਆਂ ਵਿੱਚ ਵੀ ਆਸਥਾ ਰੱਖਦੇ ਨੇ। ਇਸ ਉਪਰੰਤ ਲੋਕ ਧਰਮ ਦੇ ਸਰੂਪ ਅਤੇ ਆਮ ਲੋਕਾਂ ਦੀਆਂ ਜੀਵਨ ਕਿਰਿਆਵਾਂ ਵਿੱਚ ਲੋਕ ਧਰਮ ਦੀ ਸ਼ਮੂਲੀਅਤ ਦੇ ਪ੍ਰਸੰਗ ਵਿੱਚ ਪੰਜਾਬੀਆਂ ਦੀ ਧਾਰਮਿਕ ਪਛਾਣਾਂ ਦੀਆਂ ਹੱਦਬੰਦੀਆਂ ਦੇ ਨਿਰਮਾਣ ਦੀ ਪ੍ਰਕਿਰਿਆ ਬਾਰੇ ਇੱਕ ਮਹੱਤਵਪੂਰਨ ਖੋਜਕਾਰ ਦੀ ਕੰਸਟਰਕਸ਼ਨਸ ਆਫ ਰਿਲੀਜੀਅਸ ਬਾਉਂਡਰੀਜ਼ ਕਲਚਰ ਆਈਡੈਂਟੀ ਐਂਡ ਡਾਇਵਰਸਿਟੀ ਇਨ ਦੀ ਸਿੱਖ ਟ੍ਰੈਡੀਸ਼ਨ ਉਪਲਬਧ ਹੁੰਦਾ ਹੈ। ਇਹ ਹਰਜੋਤ ਓਬਰਾਏ ਦੁਆਰਾ ਲਿਖੀ ਇੱਕ ਮਹੱਤਵਪੂਰਨ ਕਿਤਾਬ ਹੈ। ਇਹ ਕਿਤਾਬ ਓਬਰਾਏ ਦੇ ਖੋਜਕਾਰ ਦਾ ਇੱਕ ਪ੍ਰਕਾਸ਼ਿਤ ਰੂਪ ਹੈ।
इस किताब धर्म नूं इतिहासिक परिप्रेक्ष्य विच वाचण दे नाल नाल सिक्खी दे मुढले सरूप तों लै के 20वीं सदी दे शुरू तक सिख धर्म विच आए रूपांतरण अते भारी होई खालसा परंपरा दा विश्लेषण करदी है। हरजोत उबराए इस किताब द्वारा सिख परंपरावां दा लोक धर्म नाल संबंध अते सिख धर्म दी वक्री पछाण नूं स्थापित करन विच कारशील लहरां बारे इतिहासिक वालियां समेत महत्वपूर्ण जानकारी मुहैया करवांदा है। The construction of religious boundaries 19वीं सदी दे पंजाबी समाज दे धार्मिक जीवन दी तस्वीर पेश करदी है। ਉਬਰਾਏ ਅਜਿਹੇ ਸਾਹਿਤਕ ਸਰੋਤਾਂ ਦੇ ਹਵਾਲੇ ਦਿੰਦਾ ਹੈ ਜਿਸ ਰਾਹੀਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਵਰਤਾਨਵੀ ਬਸਤੀਵਾਦੀ ਸੱਤਾ ਦੇ ਸਥਾਪਿਤ ਹੋਣ ਤੋਂ ਪਹਿਲਾਂ ਭਾਰਤੀ ਉਪ ਮਹਾਂਦੀਪ ਵਿੱਚ ਹਿੰਦੂ ਮੁਸਲਮਾਨ ਅਤੇ ਸਿੱਖਾਂ ਦੀਆਂ ਪਛਾਣਾਂ ਵਿਚਕਾਰ ਬਹੁਤਾ ਸਪਸ਼ਟ ਨਿਖੇੜਾ ਸਥਾਪਿਤ ਨਹੀਂ ਸੀ ਹੋਇਆ ਸਗੋਂ ਇਹ ਜਨਮ ਵਿਆਹ ਅਤੇ ਮੌਤ ਦੀਆਂ ਰਸਮਾਂ ਅਤੇ ਰੋਜ਼ਮਰਾ ਦੀ ਜ਼ਿੰਦਗੀ ਦੀਆਂ ਹੋਰ ਧਾਰਮਿਕ ਰੀਤਾਂ ਦੇ ਨਿਭਾਉ ਪੱਖੋਂ ਕਾਫ਼ੀ ਹੱਦ ਤੱਕ ਇੱਕ ਦੂਜੇ ਨਾਲ ਖਲਤ ਮਲਤ ਸਨ। ਪੰਜਾਬ ਵਿੱਚ ਉਹ ਇੱਕ ਲਿਖਦਾ ਹੈ ਆਪਣੀ ਕਿਤਾਬ ਵਿੱਚ ਕਿ ਪੰਜਾਬ ਵਿੱਚ 19ਵੀਂ ਸਦੀ ਦੀ ਸ਼ੁਰੂਆਤ 'ਚ ਹਜ਼ਾਰਾਂ ਹਿੰਦੂਆਂ ਨੇ ਨਿਯਮਤ ਤੌਰ 'ਤੇ ਮੁਸਲਮਾਨ ਧਾਰਮਿਕ ਸਥਾਨਾਂ ਦੀ ਤੀਰਥ ਯਾਤਰਾ ਕੀਤੀ ਸੀ। ਵੱਡੀ ਗਿਣਤੀ ਵਿੱਚ ਮੁਸਲਮਾਨਾਂ ਨੇ ਆਪਣੇ ਜੀਵਨ ਦੇ ਕਰਮਕਾਂਡਾਂ ਨੂੰ ਇਸ ਤਰ੍ਹਾਂ ਨਿਭਾਇਆ ਸੀ ਜਿਵੇਂ ਕਿ ਉਹ ਖੁਦ ਹਿੰਦੂ ਹੋਣ ਅਤੇ ਇਸੇ ਤਰ੍ਹਾਂ ਸਿੱਖ ਵੀ ਮੁਸਲਮਾਨਾਂ ਦੇ ਧਰਮ ਅਸਥਾਨਾਂ ਅਤੇ ਹਿੰਦੂਆਂ ਦੇ ਪਵਿੱਤਰ ਸਥਾਨਾਂ ਵਿੱਚ ਸ਼ਾਮਿਲ ਹੋਏ ਸੀ। ਮਿਥ ਵਿਗਿਆਨੀਆਂ ਦੁਆਰਾ ਉਸਨੂੰ ਗੁਰੂ ਨਾਨਕ ਦੇ ਪ੍ਰਤੀਬਿੰਬ ਦੀ ਗੱਲ ਕਰਦਾ ਹੋਇਆ ਉਬਰਾਏ ਕਹਿੰਦਾ ਹੈ ਕਿ ਮਿਥ ਵਿਗਿਆਨੀਆਂ ਦੁਆਰਾ ਗੁਰੂ ਉਹਨਾਂ ਨੂੰ ਗੁਰੂ ਕਹਿਣ ਦੀ ਬਜਾਏ ਪੀਰ, ਸਾਧ, ਭਗਤ, ਫਕੀਰ ਅਤੇ ਦਰਵੇਸ਼ ਆਦਿ ਧਾਰਮਿਕ ਕਿਤਾਬਾਂ ਨਾਲ ਸੰਬੋਧਿਤ ਕੀਤਾ ਗਿਆ ਹੈ। ਹਰ ਜਨਮ ਸਾਖੀ ਵਿੱਚ ਗੁਰੂ ਨਾਨਕ ਦਾ ਪ੍ਰਤੀਬਿੰਬ ਬਦਲਦਾ ਰਿਹਾ ਹੈ। ਜਨਮ ਸਾਖੀਆਂ ਵਿਚਲਾ ਨਾਨਕ ਇੱਕ ਅਜਿਹਾ ਸੰਤ ਹੈ ਜੋ ਆਪਣੇ ਕੱਪੜੇ ਪਾਉਣ ਦਾ ਤਰੀਕਾ ਮੁਸਲਿਮ ਪੀਰ ਜਾਂ ਹਿੰਦੂ ਸੰਤ ਵਰਗਾ ਰੱਖ ਕੇ ਖੁਸ਼ ਹੁੰਦਾ ਹੈ। ਅਕਸਰ ਨਾਨਕ ਦੇ ਸੰਗੀ ਅਤੇ ਸ਼ਾਗਿਰਦ ਉਸਦੀ ਜਾਤ ਅਤੇ ਧਰਮ ਤੋਂ ਬਾਹਰਲੇ ਲੋਕ ਹੁੰਦੇ ਹਨ। ਇਸ ਤੋਂ ਅਗਲਾ ਕੰਮ ਹਰਿੰਦਰ ਕੌਰ ਦਾ ਮੇਲਿਆਂ ਦੇ ਸੰਦਰਭ ਵਿੱਚ ਹੈ ਜਿਸ ਵਿੱਚ ਉਹ ਮੇਲਿਆਂ ਤਿੰਨ ਮੇਲਿਆਂ ਨੂੰ ਲੈ ਕੇ ਆਪਣੀ ਗੱਲ ਕਹਿੰਦੀ ਹੈ। ਝੂਲੇ ਦੇ ਸੰਦਰਭ ਵਿੱਚ ਉਹ ਗੱਲ ਕਰਦੀ ਕਹਿੰਦੀ ਹੈ ਕਿ ਝੂਲੇ ਦੇ ਉੱਪਰ ਜਾਣ ਅਤੇ ਹੇਠਾਂ ਆਉਣ ਨੂੰ ਅਸਲੀਅਤ ਜ਼ਿੰਦਗੀ ਨਾਲ ਮੇਲ ਕੇ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ। ਆਮ ਤੌਰ 'ਤੇ ਜ਼ਿੰਦਗੀ ਵਿੱਚ ਹੇਠਾਂ ਆਉਣ ਦੀ ਘਟਨਾ ਨੂੰ ਚੰਗਾ ਨਹੀਂ ਸਮਝਿਆ ਜਾਂਦਾ, ਪਰ ਝੂਲੇ ਦੇ ਝੂਟੇ ਲੈ ਰਹੇ ਲੋਕ ਇਸਦਾ ਆਨੰਦ ਲੈਂਦੇ ਹਨ। ਧਰਤੀ 'ਤੇ ਡਿੱਗਦੇ ਡਿੱਗਦੇ ਬਿਨਾਂ ਤਬਾਹ ਹੋਏ ਵਾਪਸ ਉੱਠ ਜਾਣਾ ਉਹਨਾਂ ਨੂੰ ਬੜਾ ਰੋਮਾਂਚਿਤ ਅਨੁਭਵ ਲੱਗਦਾ ਹੈ। ਇਸ ਵਿਸ਼ਲੇਸ਼ਣ ਤੋਂ ਇਹ ਸਾਬਿਤ ਹੁੰਦਾ ਹੈ ਕਿ ਲੋਕ ਧਰਮ ਦੇ ਅਧਿਐਨ ਦੀ ਸ਼ੁਰੂਆਤ ਦੀ ਪਰੰਪਰਾ ਜ਼ਿਆਦਾ ਪੁਰਾਣੀ ਨਹੀਂ ਹੈ। ਕੁਝ ਦੇਰ ਪਹਿਲਾਂ ਤੱਕ ਲੋਕ ਧਰਮ ਨੂੰ ਵਖਰਿਆ ਕਿ ਦੇਖਣ ਦੀ ਪਰੰਪਰਾ ਨਹੀਂ ਸੀ, ਇਸ ਨੂੰ ਹਿੰਦੂ ਧਰਮ ਦੇ ਇੱਕ ਹਿੱਸੇ ਵਜੋਂ ਹੀ ਸਵੀਕਾਰ ਕੀਤਾ ਜਾਂਦਾ ਸੀ। ਲੋਕ ਧਰਮ ਅੱਜ ਵੀ ਆਪਣੇ ਸੁਤੰਤਰ ਰੂਪ ਵਿੱਚ ਵਿਚਰ ਰਿਹਾ ਹੈ ਅਤੇ ਆਪਣਾ ਨਿਰੰਤਰ ਰੂਪ ਬਦਲ ਰਿਹਾ ਹੈ, ਜਿਸ ਕਾਰਨ ਅੱਜ ਦੇ ਸਮੇਂ ਵਿੱਚ ਇਸਦਾ ਅਧਿਐਨ ਕਰਨਾ ਜ਼ਰੂਰੀ ਮਸਲਾ ਬਣ ਜਾਂਦਾ ਹੈ। ਲੋਕ ਧਰਮ ਦੇ ਅਧਿਐਨ ਦੀ ਗਤੀ ਧੀਮੀ ਹੈ, ਪਰ ਅੱਜ ਦੇ ਸਮੇਂ ਵੱਖ ਵੱਖ ਵਿੱਦਿਅਕ ਸੰਸਥਾਵਾਂ ਵਿੱਚ ਇਸ ਉੱਪਰ ਕਾਫ਼ੀ ਕੰਮ ਹੋ ਰਿਹਾ ਹੈ। ਡੇਟਾ ਆਧਾਰਿਤ ਹੋਏ ਕੰਮਾਂ ਤੋਂ ਇਹ ਸਾਬਿਤ ਹੁੰਦਾ ਹੈ ਕਿ ਵਿਸ਼ੇਸ਼ ਧਰਮਾਂ ਦੇ ਲੋਕ, ਖਾਸ ਤੌਰ 'ਤੇ ਸਿੱਖ ਧਰਮ ਦੇ ਅਨੁਯਾਈ, ਆਪਣੇ ਧਰਮ ਦੀਆਂ ਕਿਰਿਆਵਾਂ ਤੋਂ ਬਿਨਾਂ ਦੂਜੇ ਧਰਮਾਂ ਦੀਆਂ ਕਿਰਿਆਵਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ ਅਤੇ ਉਹਨਾਂ ਦੀਆਂ ਜੀਵਨ ਕਿਰਿਆਵਾਂ ਵਿੱਚ ਲੋਕ ਧਰਮ ਇੱਕ ਅਹਿਮ ਅੰਗ ਵਜੋਂ ਕਾਰਜਸ਼ੀਲ ਹੁੰਦਾ ਹੈ।